ਕੁਸ਼ਾ ਜੀ ਮੁਰੇ ਹੋਇਆ ਖਿੱਚ ਮਾਰਨ ਕਿਸੇ ਨੂੰ ਆ ਹਾਂਜੀ ਮਿੱਤਰੋ ਵੈਲਕਮ ਬੈਕ ਟੂ ਦ ਚੈਨਲ ਗਾਈਸ ਅਜੀ ਹੋਰ ਵਲੌਗ ਤੁਹਾਡਾ ਸਵਾਗਤ ਹੈ ਜੀ ਅਤੇ ਅੱਜ ਆ ਜੀ 26 ਜਨਵਰੀ ਤਨ ਅਤੇ ਸਭ ਨੂੰ ਵਧਾਈਆਂ ਹੋਣ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਹੁਣ ਅਸੀਂ ਖੜੇ ਹਾਂ ਜੀ ਭੋਲੂ ਦੇ ਘਰ ਬਾਹਰ ਅਤੇ ਆਹ ਦੇਖੋ ਹਮੇਸ਼ਾ ਹੀ ਵਾਂਗੂ ਲੇਟ ਹੋਇਆ ਹੋਇਆ ਉੱਤੇ ਖੜਾ ਪਰਨਾ ਬੰਨੀ ਜਾਂਦਾ ਅਤੇ ਅੱਜ ਹਲੇ ਆਪਾਂ ਚੱਲੇ ਫਿਲਹਾਲ ਪਤੰਗਬਾਜ਼ ਦਾ ਕੰਪਟੀਸ਼ਨ ਉੱਥੇ ਫਿਰ ਨਗਰ ਕੀਰਤਨ 'ਤੇ ਜਾਣਾ ਹਾਂ ਉਹ ਦੇਖ ਲਓ ਜੀ ਆਹ ਵੇਖੋ ਆਹ ਨੇ ਭੋਲੂ ਭਾਅ ਜੀ ਇਹ ਸਭ ਤੋਂ ਲੇਟ ਕਰਾਤੇ ਆ ਬਾਕੀ ਯਾਰ ਮੈਂ ਵੀ ਪਰਨਾ ਬੰਨਿਆ ਹੋਇਆ ਕਿਉਂਕਿ ਮੈਨੂੰ ਪਤਾ ਸੇਵਾ ਕਰਨੀ ਜਾ ਕੇ ਨਗਰ ਕੀਰਤਨ 'ਤੇ ਅਤੇ ਪਤੰਗਬਾਜ਼ੀ ਦਾ ਵੀ ਥੋੜ੍ਹਾ ਦੇਖ ਆਈਏ ਮੈਂ ਕਿਹਾ ਵੀ ਕੰਪਟੀਸ਼ਨ ਕੀ ਚੱਲਦਾ ਉੱਧਰੋਂ ਮੈਂ ਤਿਕਸ਼ਨ ਵੀਰੇ ਦਾ ਹੰਟਰ ਚੋਰੀ ਕੀਤਾ ਹੋਇਆ ਅਤੇ ਮੈਂ ਆਪਦਾ ਸਪਲੈਂਡਰ ਉਹਨਾਂ ਨੂੰ ਫੜਾ ਆਇਆ ਸੀਗਾ ਮੈਂ ਕਿਹਾ ਵੀ ਪੈਟਰੋਲ ਭਰਾ ਲਵੇ ਇਹਦੇ 'ਤੇ ਚਲਾਵਾਂ ਜਿੱਥੇ ਮਰਜ਼ੀ ਮੈਂ ਆਪਦਾ ਇੰਜੋਏ ਕਰਾਂ ਇਹ ਮੈਨੂੰ ਮਜ਼ਾ ਬਹੁਤ ਆਉਂਦਾ ਯਾਰ ਇਹ ਬਾਈਕ ਚਲਾ ਕੇ ਕਲਾਸ ਆ ਇਹਦੇ 'ਚ ਸਪੋਰਟੀ ਆ ਥੋੜ੍ਹਾ ਸਪੋਰਟੀ ਕੈਫੇ ਰੇਸਰ ਵਾ ਕਿਹਨੂੰ ਕਿਹਨੂੰ ਹੋਰ ਪਸੰਦ ਆ ਕਮੈਂਟ ਕਰਕੇ ਦੱਸੋ ਆਹ ਵਾਲਾ ਬਾਈਕ ਹੰਟਰ ਜ਼ਿੰਦਗੀ 'ਚ ਇੰਨਾ ਬੇਸ਼ਰਮ ਬੰਦਾ ਨਹੀਂ ਦੇਖਿਆ ਮੈਂ ਤੂੰ ਵੀ ਉੱਤੇ ਆ ਕੀ ਕਰਦਾ ਪਿਆ ਕੌਣ ਤੂੰ ਨਹੀਂ ਭੋਲੂ ਹੀ ਕਰਦਾ ਯਾਰ ਬਾਈ ਆਹ ਦੇਖ ਲਓ ਇਹਨੂੰ ਬੇਸ਼ਰਮ ਕਹਿੰਦਾ ਵੀ ਮੈਂ ਆ ਰਿਹਾ ਬਸ ਅਤੇ ਪਰਨਾ ਬਣ ਕੇ ਅਤੇ ਪਤੰਦਰ ਦਾ ਨਹਾਉਣ ਬੈਠਾ ਹੋਇਆ ਪਰਨਾ ਬਣ ਕੇ ਬ੍ਰੇਕ ਮਿਲੀ ਤੈਨੂੰ ਉੱਤੇ ਜਾਣਾ ਕਰਦਾ ਕੀ ਰਿਹਾ ਸ਼ਰਮ ਕਰ ਮਾਰੀ ਮੋਟੀ ਪਰਨੇ ਭਰਾਵਾ ਜਲਦੀ ਕਰ ਲਾ ਮੇਰੇ ਦਾ ਫੋਨ ਆ ਗਿਆ ਖੜੇ ਖੜੇ ਚੱਲ ਜਲਦੀ ਕਹਿੰਦੇ ਮੁੰਡਿਆਂ ਨੇ ਬਾਈਕ ਖਿੱਚ ਛੱਡੀ ਏ ਹੌਲੀ ਤਾਂ ਹੁੰਦੇ ਨਹੀਂ ਹੌਲੀ ਹੌਲੀ ਨਹੀਂ ਹੋਣਾ ਕਹਿੰਦੇ ਖਿੱਚੀ ਆ ਨਾ ਖਿੱਚੀ ਫੋਟੋ ਦਾ ਨਹੀਂ ਪਤੰਦਰਾ ਦੇਖੋ ਜੀ ਲੁਧਿਆਣਾ ਸਿਟੀ ਕਿੰਨੀ ਸੋਹਣੀ ਲੱਗ ਰਹੀ ਹੈ ਅੱਜ ਪ੍ਰਕਾਸ਼ ਪੁਰਬ ਅੱਜ ਹਾਂ ਸਭ ਨੂੰ ਵੈਸੇ ਪ੍ਰਕਾਸ਼ ਪੁਰਬ ਕਹਿਤਾ ਹੈਗਾ ਕਿ ਨਹੀਂ ਬਾਬਾ ਜੀ ਰਸ਼ ਹੈ ਘਰੋਂ ਮੈਂ ਤਾਂ ਰਸ਼ ਕਾਂ ਗੁੱਡੇ ਉੱਡਦੇ ਇੱਧਰ ਪਛਾਣ ਆਹ ਉੱਡਦੇ ਗੁੱਡੇ ਸਾਹਮਣੇ ਉਹ ਦੇਖੋ ਗੁੱਡੇ ਇੱਕ ਮਿੰਟ ਹਟ ਜਾ ਬਸ ਥੋੜ੍ਹੇ ਬਹੁਤੇ ਤਾਂ ਤੁਹਾਨੂੰ ਦੇਖ ਹੀ ਰਹੇ ਹੋਣੇ ਆ ਪਹੁੰਚ ਗਏ ਜੀ ਮੇਲੇ ਗੱਡੀਆਂ ਦਿਖਾਈਏ ਚੈੱਕ ਕਰੋ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਗਣਤੰਤਰ ਦਿਵਸ ਦੀਆਂ 26 ਜਨਵਰੀ ਆਪਣੇ ਵਾਲੇ ਕਿੱਥੇ ਗਏ ਕਿੱਥੇ ਉਹ ਵੇਖ ਲੱਗੇ ਉਹ ਵੇਖ ਹੋਰ ਲੱਗਿਆ ਆਹ 6 ਫੁੱਟੀ ਆਪਣਾ ਅੱਧੀ ਦੇਖ ਜਾਂਦਾ ਆਹੋ ਆ ਨਾਲੇ ਸਟਾਲ ਵੀ ਆਪਣਾ ਹੀ ਲੱਗਾ ਉਰੇ ਪਤੰਗਾਂ ਦਾ ਚੈੱਕ ਕਰੋ ਮਿੱਤਰੋ ਆਪਣੇ ਹੀ ਬੰਦੇ ਨੇ ਸਾਰੇ ਇਹਨਾਂ ਨੇ ਹੀ ਆਪਣਾ ਹੀ ਲਾਇਆ ਤੇ ਆਹ ਵੀ ਆਪਣੇ ਹੀ ਨੇ ਸਾਰੇ ਮੈਂ 6 ਫੁੱਟੀਆਂ ਇਕੱਲਾ ਹੀ ਦੇਖ ਜਾਂਦਾ ਦੂਰੋਂ ਪਤਾ ਨਹੀਂ ਲੱਗਦਾ ਚਲੋ ਆਪਾਂ ਵੀ ਖੋਲੀਏ ਹੁਣ ਪਤੰਗਾ ਪਤੰਗਾ ਉਡਾਈਏ ਚੱਕੋ ਚ ਵੱਜ ਗਈ ਆ ਹੁਣ ਭਾਜੀ ਮੈਂ ਕਹਿੰਦਾ ਬਸ ਗੁੱਡੀ ਜਿੰਨੀ ਮਰਜ਼ੀ ਉੱਡੀ ਹੋਵੇ ਹੈ ਗੁੱਡੀ ਜਿੰਨੀ ਮਰਜ਼ੀ ਉੱਡੀ ਹੋਵੇ ਫੇਰ ਨਾ ਕਈ ਕਾਢੀਆਂ ਵੱਜਣੀਆਂ ਹੀ ਆ ਭਾਜੀ ਨੇ ਵੱਡਾ ਪਤੰਗ ਉਡਾਇਆ ਬੇਇੱਜ਼ਤੀ ਬੂਤੀ ਕਾਹਦਾ ਕਰਾਂ ਉਹਦੇ ਪਿੰਕ ਵਾਲਾ ਉਹਦੇ ਪਿੰਕ ਵਾਲਾ ਖੋਲੂ ਮੈਂ ਤਾਂ ਕਹਿੰਦਾ ਅਗਲੇ ਪਲਾਟ ਚ ਚੱਲੀਏ ਗੱਡੀਆਂ ਲੁੱਟਦੇ ਭਾਈ ਵਾਲਾ ਵੀ ਚੱਲਣ ਆਵਾਂਗੇ ਸਾਰੇ ਕਿੱਥੇ ਲਾਇਆ ਡੱਕਾ ਤੋੜ ਲਿਆ ਨਾ ਨਾ ਭਾਜੀ ਆਪਣਾ ਕਿੱਥੇ ਹਲੇ ਏਡੀ ਛੇਰੀ ਕਿੱਥੇ ਭਾਜੀ ਕੋਈ ਫਾਇਦਾ ਨੀ ਗਾ ਕੋਈ ਕਰਾਉਣਾ ਵੇਖੀ ਹੁਣੇ ਵੇਖੀ ਸਾਹਿਲ ਵੀਰਾਂ ਨੇ ਦੇਖੀ ਇੱਥੇ ਡਾਣਾ ਫੇਰ ਹੱਥੋਂ ਖਿੱਚ ਮਾਰ ਦੇਣੀ ਫੇਰ ਸੇਵਾ ਸ਼ੁਰੂ ਹੋਈ ਸੇਵਾ ਸ਼ੁਰੂ ਹੋਈ
ਕਹਿੰਦੇ ਵੀ ਮੇਰੇ ਵੀਰੋ ਦੋ ਵਾਰੀ ਬੇਇੱਜ਼ਤੀ ਕਰਾ ਲਈ ਆਹ ਦੇਖੋ ਆਹ ਬੰਦਿਆਂ ਨੇ ਬੇਇੱਜ਼ਤੀ ਕਰਾ ਕੇ ਚੀਰਾ ਵੀ ਪਵਾ ਲਿਆ ਹਾਂ ਉਹ ਤਾਂ ਬਾਅਦ ਚ ਤਾਂ ਗੱਲਾਂ ਹੁੰਦੀਆਂ ਨੇ ਭਾਜੀ ਇੱਕ ਹੋਰ ਆ ਗਏ ਬਿਠਾ ਕੇ ਅੱਛਾ ਹੈਗਾ ਠੀਕ ਆ ਜੱਕ ਵੀ ਇੱਕ ਹੋਰ ਉਡਾਲਿਆ ਮੁੰਡੇ ਨੇ ਕਹਿੰਦੇ ਗਾਲੀ ਆਂਦੀ ਇੱਧਰ ਮਾਈਕ ਵੀ ਲੈ ਲਾਂਗੇ ਕਿ ਨਹੀਂ ਭਾਜੀ ਹੈ ਭਾਜੀ ਦੇਖੀ ਚਲੋ ਮਾਹੌਲ ਚੱਲ ਘੈਂਟ ਆ ਪੂਰਾ ਆਵਾਜ਼ ਦੇਖੀ ਚੱਲੀ ਉਹ ਹੁਣ ਵੀਰੇ ਦਾ ਪਤੰਗ ਹੀ ਬਹੁਤ ਉੱਚੀ ਲੱਗਾ ਹੋਇਆ ਚਲੋ ਸ਼ਗਨ �ਹੋ ਗਿਆ ਚੱਲ ਬੋਲਦਾਰ ਪਹਿਲੇ ਤਾਰ ਚ ਵਸ ਗਈ ਖੜ ਮੈਂ ਪਤੰਗ ਲੈ ਕੇ ਆਂਦਾ ਲੋਕ ਕਹਿੰਦੇ ਪੋਲਾ ਪਤੰਗ ਉਡਾਣ ਲੱਗਾ ਤੇ ਆ ਟੇਪ ਆ ਗਈ ਹੈ ਟੇਪ ਦਾ ਬਹੁਤ ਨੁਕਸਾਨ ਹੋਇਆ ਕਹਿੰਦੇ ਪਹਿਲੇ ਇਸ ਸਾਲ ਪਹਿਲਾਂ ਲੰਬੂਪੁਰਾ ਉਡਾਣ ਲੱਗਾ ਪਹਿਲੇ ਸਾਲ ਲੋਹੜੀ ਵੀ ਨਿਕਲ ਗਈ ਤਾਂ ਵੀ ਲੰਬੂਪੁਰਾ ਪਹਿਲਾਂ ਉਡਾਣ ਲੱਗਾ ਟੇਪ ਖੋਲੀ ਹੈ ਪਹਿਲਾਂ ਯਾਰ ਸਾਡੀ ਕਹਿੰਦੇ ਪੋਲੂ ਨੇ ਲੰਬੂਪੁਰਾ ਡਾਲਿਆ ਜੀ ਬਸ ਲਓ ਜੀ ਸਤਿ ਸ੍ਰੀ ਅਕਾਲ ਫੜ ਲਾ ਜਾ ਕੇ ਜਾ ਟੁੱਟ ਗਿਆ ਪੋਲੂ ਦਾ ਪਰ ਜਾ ਅੰਕਲ ਨੂੰ ਕਹਿੰਦੇ ਅੰਕਲ ਟੁੱਟਿਆ ਇਹਨੂੰ ਤਾਂ ਛੱਡ ਦੇ ਲਓ ਜੀ ਸਤਿ ਸ੍ਰੀ ਅਕਾਲ ਯਾਰ ਵੀਰੇ ਆ ਕੀ ਖਿੜਕੀ ਪਈ ਹੱਥੋਂ ਤੁਨਕਾ ਵੀ ਨੀ ਮਾਰਿਆ ਤੇ ਟੁੱਟ ਗਿਆ ਕਿਹੜਾ ਸਕੀ ਉਡਾ ਸੀ ਪਰਾ ਤੈਨੂੰ ਕਿਹਨੇ ਗਏ ਚਾਰ ਜਣੇ ਚਾਰ ਭੂਤ ਦੇ ਛੱਜ ਉਡਾਣ ਲੱਗੇ ਆ ਜੀ ਚਾਰੋ ਚੱਕਦੇ ਆ ਫਟੇ ਆ ਡੋਰ ਪਈ ਆਪਣੀ ਪਰੋ ਇੱਕਦਮ ਕਿੱਡਾ ਪਤੰਗ ਉੱਡ ਗਿਆ ਲਾ ਫੜ ਬੋਲੂ ਤਲਾਵਾ ਪਾਈਏ ਛੇਦੀ ਮਾਰੀਏ ਵਿੱਚ ਚਲੀਏ ਮਾਈ ਕਲਿਆਂ ਨੂੰ ਚਲੀਏ ਉਧਰੋਂ ਖਿੱਚਾਂ ਮਾਰੀ ਮਾਹੌਲ ਬਹੁਤ ਵਧੀਆ ਮੇਰੇ ਵਾਲ ਕਰ ਫੁੱਕਰ ਜਦੋਂ ਮੈਂ ਗੱਲਾਂ ਕਰਦਾ ਹੁੰਦਾ ਉਹਦਾ ਭੀੜ ਕੀ ਵਿਖਾਉਂਦਾ ਵੇਖਣ ਵਾਲੀ ਚੀਜ਼ਾਂ ਤਾਂ ਮੇਰੇ ਵਾਲੇ ਪਾਸੇ ਆ ਤੂੰ ਕੀ ਵਿਖਾਈ ਜਾਂਦਾ ਇਹ ਤਾਂ ਗੱਲ ਹੈ ਬਾਕੀ ਦੇਖਦੇ ਆ ਮਾਹੌਲ ਚੱਲ ਕੀ ਬਣਦਾ ਜਿੰਨੇ ਕੁ ਪਤੰਗ ਉੱਡੇ ਸਾਰੇ ਆਪਾਂ ਵੱਢ ਦੇਣੇ ਆ ਖਿੱਚਾਂ ਮਾਰ ਮਾਰ ਭਾਜੀ ਪਤੰਗ ਉਡਾਣਾ ਕਿਵੇਂ ਡੋਰ ਕਿੱਥੇ ਗਈ ਉਸ਼ਾ ਜੀ ਮੂਰੇ ਹੋਏ ਆ ਖਿੱਚ ਮਾਰਨ ਕਿਸੇ ਨੂੰ ਆ ਦੇਖੋ ਜੀ ਸਤਿ ਸ੍ਰੀ ਅਕਾਲ ਕੀ ਹੋ ਗਿਆ ਜੀ ਕੀ ਪਤੰਗ ਨੀ ਦਿਖਿਆ ਰਿਹਾ ਪਤੰਗ ਨੀ ਦਿਖਿਆ ਸੀਗਾ ਪਤੰਗ ਲੈ ਕੇ ਜਾ ਆ ਦੇ ਕੇ ਮਜ਼ਾ ਆ ਗਿਆ ਬੇਟਾ ਹੁਣ ਮੈਂ ਉਡਾਣਾ ਇੱਕ ਪਤੰਗ ਵੱਢਦਾ ਜੀ ਹੁਣ ਥੋੜਾ ਆਸਮਾਨ ਜਿਹਾ ਖਾਲੀ ਹੋਇਆ ਉੱਤੇ ਲੈਣ ਲਾ ਛੱਜ ਨੂੰ ਚਾਚਾ ਵੀ ਇੱਥੇ ਆ ਹੋ ਗਈ ਗੱਲ ਚਾਚੇ ਨਾਲ ਆ ਫੋਨ ਬਹੁਤ ਕਰਦੇ ਜਤਿੰਦਰ ਪਾਲ ਸਿੰਘ ਜੀ ਜਾਟੀ ਚੱਲ ਚੱਲੀਏ ਨਗਰ ਕੀਰਤਨ ਦੇ ਭਰਾ ਚਲੋ ਹੁਣ ਥੋੜੇ ਪਾ ਧੋ ਲਈਏ ਨਗਰ ਕੀਰਤਨ ਦੇ ਚੱਲੀਏ ਸੇਵਾ ਕਰੀਏ ਜਾ ਕੇ ਜਲਦੀ ਪਹੁੰਚੀਏ ਉੱਥੇ ਲੋ ਹੁਣ ਆਪਾਂ ਚੱਲੀਏ ਸਾਨੂੰ ਪਤੰਗ ਤੋਂ ਮਜ਼ੇ ਉੱਥੋਂ ਸੀਗੇ ਉਹ ਕਰਕੇ ਤੇ ਹੁਣ ਚੱਲੀਏ ਆਪਾਂ ਟਾਈਮ ਨਾਲ ਪਹੁੰਚੀਏ ਨਗਰ ਕੀਰਤਨ ਦੇ ਰਸ਼ ਘੱਟ ਗਿਆ ਨਹੀਂ ਤਾਂ ਪੂਰੀ ਗਲੀ ਭਰੀ ਹੋਈ ਸੀ ਪਹਿਲਾਂ ਮਿੱਤਰੋ ਜੀ ਜੈਕਟਾਂ ਜੁਕਟਾਂ ਪਾ ਲਈਆਂ ਨੇ ਹੁਣ ਘਰ ਆਏ ਸੀਗੇ ਚੱਪਲਾਂ ਚੁੱਪਲਾਂ ਪਾ ਲਓ
ਬਾਕੀ ਯਾਰਾਂ ਨੂੰ ਵੀ ਫੋਨ ਲਾ ਕਿੱਥੇ ਆ ਹੈਲੋ ਤੇ ਬਾਕੀ ਯਾਰਾਂ ਨੂੰ ਵੀ ਹੁਣ ਇਕੱਠੇ ਕਰਕੇ ਤੇ ਆਪਾਂ ਪੈਦਲ ਹੋਈਏ ਹੈਲੋ ਕਿੱਥੇ ਆ ਇੱਥੇ ਚੱਲੀਏ ਕਿੱਥੇ ਆ ਕਿ ਮਿੱਤਰਾ ਕਿਵੇਂ ਆ ਜੀ ਪੋਪਟ ਹੋ ਗਿਆ ਆਪਾਂ ਆਲੇ ਗੁਰਦੁਆਰੇ ਆ ਗਏ ਆਈ ਬਲੌਕ ਮੈਂ ਤੈਨੂੰ ਕਹੀ ਜਾਂਦਾ ਸੀ ਪਹੁੰਚ ਆਇਆ ਉੱਧਰ ਹਾਊਸਿੰਗ ਬੋਰਡ ਦੇ ਗੁਰਦੁਆਰੇ ਬਾਈ 1.5 ਕਿਲੋਮੀਟਰ 1 ਕਿਲੋਮੀਟਰ ਹੋਰ ਤੁਰਨਾ ਪਊ ਮੈਂ ਕਿਹਾ ਇਹਦਾ ਰਾਈਡ ਮੰਗਣੀ ਮੈਨੂੰ ਲੱਗਦਾ ਹੁਣ ਕਿਉਂਕਿ ਹੁਣ ਪੈਰ ਦੇ ਇਹਦੇ ਜਵਾਬ ਜਾਂ ਭੱਜਣਾ ਪੈਣਾ ਮੈਂ ਨਾ ਪਤਾ ਕਿਉਂ ਮੈਨੂੰ ਪਤਾ ਲੱਗਾ ਮੈਨੂੰ ਨਾ ਇਸ ਵਾਰੀ ਸਾਰੇ ਪਾਣੀ ਨਹੀਂ ਛਿੜਕ ਰਹੇ ਮੈਂ ਕਿਹਾ ਫਿਰ ਉਹ ਪਤਾ ਨਹੀਂ ਲੱਗਦਾ ਰੋਡ ਸਾਰੀ ਸੁੱਕੀ ਪਈ ਆ ਕਿਉਂਕਿ ਮੈਟ ਹੈਗਾ ਇੱਥੇ ਵਿਛਾਉਂਦੇ ਪਏ ਹੁਣ ਭੱਜੀਏ ਛੇਤੀ ਛੇਤੀ ਰਾਜ ਇਹਦੇ ਕੋਲੋਂ ਹੁਣ ਆਪਾਂ ਸੇਵਾ ਲੈ ਰਹੇ ਹਾਂ ਅਤੇ ਗੁਰਦੁਆਰੇ ਪਹੁੰਚੀਏ ਥੈਂਕ ਯੂ ਸੋ ਸੋ ਮੱਚ ਆ ਜੀ ਇਹਨੂੰ ਜਿਹੜੀ ਪਹੁੰਚੀਏ ਬਾਈ ਬਹੁਤ ਥੱਕੇ ਪਏ ਹਾਂ ਅਸੀਂ ਤਾਂ ਪਰ ਕੋਈ ਨਹੀਂ ਅੱਜ ਰਾਤ ਸਾਰੀ ਬਾਬੇ ਘਰੇ ਹੀ ਆ ਪਤਾ ਚੈੱਕ ਕਰਾਂ ਆਏ ਸਰਦੇ ਯਾਰ ਉਹ ਬਾਬਾ ਵੇਖੀ ਕਿਤੇ ਤੂੰ ਜੁਪੀਟਰ ਨਾ ਹਾਰਲੇ ਬਣਾ ਲਾ ਹਾਂ ਦੁਬਈ ਇੱਥੇ ਬਣਿਆ ਹੋਇਆ ਲੁਧਿਆਣੇ ਹਾਂ ਘਾਟ ਆ ਕਿਤੇ ਮੋਟਰਸਾਈਕਲਾਂ ਦੀ ਚਲੋ ਮਿੱਤਰੋ ਅਨੰਤ ਨਾ ਚੱਲ ਵੀ ਸਟੈਂਡ ਹੋ ਜਾ ਇੱਧਰ ਆ ਜਾ ਇੱਧਰ ਬੋਲੇ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਗੁਰੂ ਵਾਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਪਹੁੰਚ ਗਏ ਆ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਅੰਦਰ ਜਾਣਾ ਕਿਵੇਂ ਆ ਗੈਰੀ ਗੈਰੀ ਵੀ ਆਇਆ ਮੇਰੇ ਵੀਰੋਂ ਗੈਰੀ ਹੋਲ ਤਾਂ ਨਹੀਂ ਗਏ ਸੱਜਣ ਆਪਣੇ ਹੀ ਆ ਵੀ ਚੱਕਰ ਪੈ ਗਿਆ ਲੰਗਰ ਨਹੀਂ ਲੱਗਾ ਬਾਬਾ ਚੱਕਰ ਪਿਆ ਪੂਰੇ ਸ਼ਾਇਦ ਆਪਣੇ ਸੰਗਤ ਦੇਖੋ ਗੱਡੀ ਆਈ ਅੱਜ ਹੋਪ ਕਰਦਾ ਜੀ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਐਵੇਂ ਹੀ ਪਿਆਰ ਕਰਦੇ ਰਹੋ ਅਤੇ ਛੇਤੀ ਛੇਤੀ 1000 ਸਬਸਕ੍ਰਾਈਬਰ ਕੰਪਲੀਟ ਕਰਵਾ ਦਿਓ ਮੇਰੇ ਓਕੇ ਬਾਏ ਮਿਲਦੇ ਜੀ ਨੈਕਸਟ ਵਲੋਗ ਵਾਚ ਟਾਈਮ ਜ਼ਰੂਰੀ ਆ ਉਹ ਵੀ ਕਵਰ ਕਰਾ ਦਿਓ